ਧਨੌਲੇ ਸ਼ਹਿਰ ਦੇ ਅੰਦਰ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਘਪਲਾ। ਠੇਕੇਦਾਰਾਂ ਵੱਲੋਂ ਕੀਤਾ ਜਾ ਰਿਹਾ ਇਹ ਘਪਲਾ। ਦੱਸਣਾ ਚਾਹੁੰਦੇ ਹਾਂ ਕਿ ਸਾਡੇ ਮੀਡੀਆ ਨੂੰ ਗੁਪਤ ਸੂਤਰਾਂ ਵੱਲੋਂ ਪਤਾ ਲੱਗਾ ਕਿ ਜੋ ਧਨੌਲੇ ਸ਼ਹਿਰ ਦੇ ਵਿੱਚ ਵਿਕਾਸ ਹੋ ਰਿਹਾ ਹੈ ਉਸ ਵਿੱਚ ਠੇਕੇਦਾਰਾਂ ਵੱਲੋਂ ਪੱਸੀ ਘਟੀਆ ਸੀਮੈਂਟ ਘਟੀਆ ਟਾਇਲ ਦੀ ਵਰਤੋਂ ਕਰਕੇ ਮੋਟਾ ਚੂਨਾ ਸਰਕਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਘਪਲੇ ਦੀ ਜੇ ਜਾਂਚ ਸਹੀ ਹੋਵੇ ਤਾਂ ਧਨੌਲੇ ਮਿਊਂਸੀਪਲ ਕਮੇਟੀ ਦੇ ਅਫਸਰਾਂ ਦਾ ਵੀ ਚਿਹਰਾ ਨੰਗਾ ਹੋਵੇਗਾ ਅਤੇ ਸਾਡੇ ਮਿੱਠੇ ਬੋਲੜੇ ਤੇ ਇਮਾਨਦਾਰ ਸਰਦਾਰ ਗੁਰਮੀਤ ਸਿੰਘ ਮੀਥੇਅਰ MP ਦੇ ਸੁਪਨਿਆਂ ਨੂੰ ਘੁਣ ਲੱਗ ਗਿਆ। MP ਸਾਹਿਬ ਵੱਲੋਂ ਕਰੋੜਾਂ ਰੁਪਏ ਫੰਡ ਦੇ ਕੇ ਧਨੌਲਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦਾ ਸੁਪਨਾ ਸੀ, ਪਰ ਇਨ੍ਹਾਂ ਠੇਕੇਦਾਰਾਂ ਵੱਲੋਂ ਕਈ ਪਰਸੈਂਟ ਲੈਸ ਪਾਉਣ ਤੇ ਟੈਂਡਰ ਤਾਂ ਲੈ ਲਏ ਗਏ, ਪਰ ਇਸ ਘਾਟੇ ਨੂੰ ਪੂਰਾ ਕਰਨ ਲਈ ਜੋ ਮਟੀਰੀਅਲ ਲੱਗ ਰਿਹਾ ਹੈ ਉਸ ਵਿੱਚ ਘਪਲਾ ਹੋ ਰਿਹਾ ਹੈ। ਜਦੋਂ ਇਸ ਬਾਰੇ EO ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਸੰਬੰਧੀ ਜਾਂਚ ਹੋਵੇਗੀ ਤੇ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਦੀ ਪੇਮੈਂਟ ਵੀ ਰੋਕੀ ਜਾਵੇਗੀ। ਉੱਥੇ ਹੀ ਜਦੋਂ JE ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਆਪਣਾ ਪੱਲਾ ਛੁਡਾ ਲਿਆ ਗਿਆ, ਜਿਸ ਦੀ ਕਾਲ ਰਿਕਾਰਡਿੰਗ ਸਾਡੇ ਕੋਲ ਹੈ। ਨਾਲ ਹੀ ਉੱਥੇ ਦੇ ਆਮ ਪਾਰਟੀ ਦੇ ਨੁਮਾਇੰਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਬਾਰੇ ਜਾਂਚ ਹੋਵੇਗੀ, ਪੂਰੀ ਕਾਰਵਾਈ ਕੀਤੀ ਜਾਵੇਗੀ। ਜੋ ਸਰ ਇੱਕ ਧਨੌਲੇ ਕੰਮ ਚੱਲ ਰਿਹਾ ਜੀ, ਕੋਈ ਟਾਇਲ ਵਗੈਰਾ ਕੋਈ ਆਪਣਾ ਠੇਕੇਦਾਰਾਂ ਵੱਲੋਂ ਉੱਥੇ ਪੱਸੀ ਪਾਈ ਜਾ ਰਹੀ ਹੈ, ਮਾੜੀ ਟਾਇਲ ਲਾਈ ਜਾ ਰਹੀ, ਮਾੜਾ ਸੀਮੈਂਟ ਲਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ ਜੀ? ਧਨੌਲੇ ਜੇ ਕੋਈ ਇਹੋ ਜਿਹਾ ਕੋਈ ਕੁਆਲਿਟੀ ਦਾ ਇਸ਼ੂ ਹੈਗਾ ਜੀ, ਮੈਂ ਇਮੀਡੀਏਟਲੀ ਸਾਡੇ JE ਹੈਗੇ ਨੇ ਕਨਸਰਨ ਨੂੰ ਰਿਪੋਰਟ ਕਰ ਲਓ, ਚੈੱਕ ਕਰ ਲੈਣ, ਜੇ ਕੋਈ ਇਹੋ ਜਿਹੀ ਗੱਲ ਹੈ ਉਹ ਜਿਹੜਾ ਬਣਦੀ ਕਾਰਵਾਈ ਠੇਕੇ ਦੇ ਖਿਲਾਫ ਕੀਤੀ ਜਾਊਗੀ ਜੀ। ਇੱਕ ਸਰ ਹੋਰ ਵੀ ਆਇਆ ਕੋਈ, ਇਹਨਾਂ ਨੇ ਕੋਈ ਇਹਨਾਂ ਸਿਕਿਉਰਿਟੀ ਭਰੀ ਨਹੀਂ ਬੈਂਕ ਦੇ ਵਿੱਚ, ਕਿ ਹਾਲੇ ਤਾਂ ਕਹਿੰਦੇ ਵੀ ਇਸ ਠੇਕੇਦਾਰ ਨੂੰ ਸਿਕਿਉਰਿਟੀ ਵੀ ਭਰੀ ਗਈ ਜੀ। ਇਹੋ ਜਿਹਾ ਕੋਈ ਮੈਟਰ ਹੈ ਨਹੀਂ ਗਾ, ਜੋ ਹੋਇਆ ਉਹ ਵੀ ਚੈੱਕ ਕਰ ਲਓ ਤੁਸੀਂ ਗੱਲ ਜੀ। ਧੰਨਵਾਦ। ਅਸੀਂ ਤਾਂ ਕਹਿੰਦੇ ਜੀ ਪੂਰਾ ਕੰਮ ਚੱਲਣਾ ਚਾਹੀਦਾ, JE ਸਾਹਿਬ ਆਏ ਨੇ ਜੀ, ਉਹ ਚੈੱਕ ਕਰਨਗੇ, ਜੇ ਕੋਈ ਕਮੀ ਪਾਈ ਜਾਂਦੀ ਹੈ, ਮੰਨ ਲਓ ਵੀ ਕਿਸੇ ਜੇ ਤਰੁੱਟੀ ਦੇ ਨਹੀਂ ਪੂਰੇ ਉਤਰਦੇ, ਸਾਨੂੰ ਮੰਤਰੀ ਸਾਹਿਬ ਦਾ ਵੀ ਇਹੀ ਹੁਕਮ ਹੈ ਵੀ ਆਪਾਂ ਗਲਤ ਕੰਮ ਨਹੀਂ ਕਰਾਉਣਾ ਜੀ। ਮੰਤਰੀ ਸਾਹਿਬ ਦਾ ਸੁਪਨਾ ਕਿ ਜਿਹੜਾ ਮੇਰਾ ਜ਼ਿਲ੍ਹਾ ਹੈ ਕੁਝ ਸੋਨੇ ਤਰ੍ਹਾਂ ਹੋਵੇ, ਪਰ ਉਹਦੇ ਕੰਮ ਦਾ ਸਾਰਾ ਹੀ ਕੰਮ ਲਗਭਗ ਪੱਸੀ ਪਾਈ ਜਾ ਰਹੀ ਹੈ, ਟਾਇਲ ਗਲਤ ਲੱਗੀ ਜਾ ਰਹੀ ਹੈ, ਸੀਮੈਂਟ ਮੈਂ ਆਪ ਕੋਲ ਚੈੱਕ ਕੀਤਾ ਤੇ ਤੁਹਾਡੇ ਤੇ ਕੁਝ ਕਦਮਾਂ ਦੇ ਦੂਰੀ ਤੇ ਹੈ, ਤੁਹਾਡੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਕਹਿੰਦੇ ਵੀ ਅਸੀਂ ਗਲਤ ਕੰਮ ਨਹੀਂ ਹੋਣ ਦਿੰਦੇ ਜੀ, ਉਹ JE ਸਾਹਿਬ ਬੁਲਾਏ ਨੇ, ਉਹ ਚੈੱਕ ਕਰਨਗੇ ਜੀ ਆ ਕੇ, ਜੇ ਉਹਨਾਂ ਨੂੰ ਦੇਖੋ ਟੈਂਡਰ ਇਹਨਾਂ ਨੇ ਪਵਾਏ ਨੇ, ਨਗਰ ਕੌਂਸਲ ਨੇ ਪਵਾਏ ਨੇ, ਇਹਨਾਂ ਨੇ ਪੈਮਾਨਾ ਦਿੱਤਾ ਨਗਰ ਕੌਂਸਲ ਨੂੰ ਵੀ ਅਸੀਂ ਆਹ ਕੰਮ ਕਰਾਂਗੇ, ਉਹ ਨਗਰ ਕੌਂਸਲ ਚ ਹੁਣ JE ਸਾਹਿਬ ਆਏ ਨੇ ਜੀ, ਜੇ ਪੈਮਾਨੇ ਦੇ ਹਿਸਾਬ ਨਾਲ ਕੰਮ ਨਹੀਂ ਕਰਨਗੇ ਆਪੀ JE ਸਾਹਿਬ ਰੋਕਣਗੇ ਜੀ, ਅਸੀਂ ਜਾਣਾ ਤੁਹਾਨੂੰ ਸਾਰਾ ਪਤਾ ਹੀ, ਪਹਿਲਾਂ ਕਮਿਸ਼ਨ ਚੱਲਦੇ ਸੀ, ਇਸ ਵਾਰ ਮੰਤਰੀ ਸਾਹਿਬ ਦਾ ਸਿੱਧਾ ਕਿਹਾ ਹੋਇਆ ਵੀ 1 ਰੁਪਿਆ ਕਿਸੇ ਨੂੰ ਕਮਿਸ਼ਨ ਦਾ ਨਹੀਂ ਦੇਣ ਦੀ ਲੋੜ, ਟੈਂਡਰ ਕੰਮ ਵਧੀਆ ਕਰੋ ਮੇਰਾ ਆ ਕੇ। ਹੋ ਸਕਦਾ ਠੇਕੇਦਾਰਾਂ ਦੀ ਸੋਚ ਹੋਵੇ ਵੀ ਆਪਾਂ ਕਿਹੜਾ ਕਿਸੇ ਨੂੰ ਕੋਈ ਪੈਸਾ ਦੇਣਾ ਹੈ, ਵੀ ਆਪਾਂ ਨੇ ਟੈਂਡਰ ਘੱਟ ਕੇ ਪਾਉਣਾ, ਆਪਾਂ ਨੂੰ ਬਚਤ ਹੋਊਗੀ ਜੀ। ਇਹ ਕੰਮ ਦੀ ਜਾਂਚ ਹੋਊ ਬਾਅਦ ਚੋਂ ਗਲਤ ਪੈ ਗਿਆ ਤਾਂ? ਦੇਖੋ ਜੀ ਇਹਦੇ ਤੇ ਟੀਮਾਂ ਵੀ ਲੱਗੀਆਂ ਹੋਈਆਂ ਨੇ, ਮੰਤਰੀ ਸਾਹਿਬ ਦਾ ਆਪਦਾ ਵੀ ਧਿਆਨ ਹੈ, ਵਾਰੀ ਵਾਰੀ ਉਹ ਨਗਰ ਕੌਂਸਲ ਨੂੰ ਵੀ ਇਹੀ ਗੱਲ ਕਹਿ ਰਹੇ ਨੇ ਵੀ ਜਿੰਨੇ ਵੀ ਕੰਮ ਹੋ ਰਹੇ ਚਾਹੇ ਹੋਣੇ ਨੇ ਤਾਂ 1 ਨੰਬਰ ਹੋਣੇ ਚਾਹੀਦੇ ਨੇ, ਮੈਂ ਪੈਸੇ ਭੇਜਣ ਵਾਲਾ, ਕੰਮ ਕਰਾਉਣ ਵਾਲੇ ਤੁਸੀਂ ਹੋ। ਧੰਨਵਾਦ।